ਸਰਦਾਰ ਨਿਸ਼ਾਨ ਸਿੰਘ ਸੰਧੂ ਹੁਣਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਕੰਮ ਕਰਦਿਆਂ ਬਸਰ ਕੀਤਾ। ਆਪ ਜੀ ਬਹੁਤ ਹੀ ਨੇਕ ਖਿਆਲਾਂ ਦੇ ਅਤੇ ਸੰਸਕਾਰੀ ਇਨਸਾਨ ਸਨ। ਆਪ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੱਚ ਅਤੇ ਧਰਮ ਦੇ ਰਸਤੇ ਤੇ ਚਲਦਿਆਂ ਬਿਤਾਈ। ਆਪ ਜੀ ਬਹੁਤ ਹੀ ਸ਼ਾਂਤ, ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਆਪ ਜੀ ਦੇ ਇਹੀ ਸੰਸਕਾਰਾਂ ਦੀ ਝਲਕ ਅਸੀਂ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖ ਸਕਦੇ ਹਾਂ। ਆਪ ਜੀ ਦਾ ਸਮੁੱਚਾ ਪਰਿਵਾਰ ਸੰਸਕਾਰੀ ਹੈ, ਪੜ੍ਹਿਆ ਲਿਖਿਆ ਹੈ, ਮਿੱਠ ਬੋਲਣਾ ਹੈ ਅਤੇ ਸਮਾਜ ਵਿੱਚ ਅਹਿਮ ਸਥਾਨ ਰੱਖਦਾ ਹੈ। ਸਰਦਾਰ ਨਿਸ਼ਾਨ ਸਿੰਘ ਸੰਧੂ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਠੇਸਰਹਾਲੀ ਬਲਟੋਆ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
ਇਸ ਬਾਰਕ ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਸ ਵੇਲੇ ਆਪਣੀ ਜੋਤ ਗੁਰੂ ਰਾਮਦਾਸ ਜੀ ਵਿੱਚ ਜਗਾ ਦਿੱਤੀ ਹੈ ਅਤੇ ਆਪ ਪੰਜ ਭੂਤਕ ਸਰੀਰ ਤਿਆਗ ਲੱਗੇ, ਕਿਉਂਕਿ ਸਰੀਰ ਦਾ ਧਰਮ ਹੈ ਸਰੀਰ ਕੋਈ ਵੀ ਰਹਿਣਾ, ਸਾਰੇ ਸਰੀਰ ਜਿਹੜੇ ਉਸ ਸੰਸਾਰ ਨੂੰ ਚਲੇ ਜਾਂਦੇ। ਇਸ ਕਰਕੇ ਸਤਿਗੁਰਾਂ ਨੇ ਆਪਣਾ ਸਰੀਰ ਵੀ ਰੱਖਿਆ ਨਹੀਂ, ਸਰੀਰ ਦੇ ਧਰਮ ਉਸੇ ਤਰ੍ਹਾਂ ਬਰਕਰਾਰ ਰੱਖਿਆ। ਇਤਿਹਾਸ ਹਵਾਲੇ ਦੱਸਦੇ ਨੇ, ਗੁਰੂ ਨੇ ਵੀ ਸਮਝਾ ਦਿੱਤਾ ਹੈ ਕਿ ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਜੋਤ ਸਦਾ ਰਹਿੰਦੀ ਹੈ, ਕਦੇ ਨਾਸ ਨਹੀਂ ਹੁੰਦੀ। ਪਰ ਸਤਿਗੁਰਾਂ ਨੇ ਜਦੋਂ ਸਰੀਰ ਤਿਆਗਣਾ ਚਾਹਿਆ ਅਤੇ ਆਪਣੀ ਜੋਤ ਗੁਰੂ ਰਾਮਦਾਸ ਜੀ ਦੇ ਵਿੱਚ ਜਗਾ ਦਿੱਤੀ ਹੈ, ਉਸ ਵੇਲੇ ਆਪਣੇ ਪਰਿਵਾਰ ਆਪਣੇ ਕੋਲ ਸੱਦਿਆ। ਇਹ ਗੁਰੂ ਅਮਰਦਾਸ ਜੀ ਦੇ ਪਰਿਵਾਰ ਵਿੱਚੋਂ ਬਾਬਾ ਸੁੰਦਰ ਜੀ ਹੋਏ, ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਰਪੋਤਰੇ ਨੇ। ਤੇ ਬਾਬਾ ਸੁੰਦਰ ਜੀ ਦੀ ਲਿਖਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। 923 ਅੰਗ ਤੇ ਉਹਨਾਂ ਦੀ ਪਾਵਨ ਬਾਣੀ, ਜਿਸ ਬਾਣੀ ਦਾ ਨਾਮ ਹੈ ਰਾਮ ਕਲੀ ਸੱਤ, ਅੱਜ ਵੀ ਉਹ ਬਾਣੀ ਮੌਜੂਦ ਹੈ। ਜਦੋਂ ਵੀ ਕਿਸੇ ਪ੍ਰਾਣੀ ਦਾ ਦੁਸਹਿਰੇ ਦਾ ਭੋਗ ਪਾਇਆ ਜਾਂਦਾ ਹੈ, ਕਿ ਭੋਗ ਦੇ ਉੱਪਰ ਉਹ ਬਾਣੀ ਪੜ੍ਹੀ ਜਾਂਦੀ ਆ, ਜਿਹਨੇ ਕਈ ਵਾਰ ਸੁਣੀ ਹੋਵੇਗੀ, ਉਸ ਬਾਣੀ ਦੇ ਅੰਦਰ ਸਤਿਗੁਰਾਂ ਨੇ ਅੰਤ ਮਰਿਆਦਾ ਦਾ ਜ਼ਿਕਰ ਕੀਤਾ ਹੈ। ਮੈਂ ਬਹੁਤਾ ਵਿਸਥਾਰ ਵਾਲਾ ਜਾਵਾਂ। ਉਹ ਪਾਵਨ ਬੋਲ ਨੇ ਬਾਣੀ ਦੇ ਸਤਿਗੁਰ ਭਾਣੇ ਆਪਣਾ ਵਹਿ ਪਰਿਵਾਰ ਸਦਾਇਆ, ਮਤ ਮੈਂ ਮਿੱਠਾ ਕੋਈ ਰੋਗ ਸੀ, ਸੋ ਮੈਂ ਬੋਲ ਨਾ ਪਾਇਆ। ਸਤਿਗੁਰਾਂ ਨੇ ਆਪਣੇ ਹੁਕਮ ਦੇ ਵਿੱਚ ਸਾਰੇ ਪਰਿਵਾਰ ਆਪਣੇ ਕੋਲ ਸੱਦਿਆ ਤੇ ਕੋਲ ਬਿਠਾ ਕਰਕੇ ਇਹ ਗੱਲ ਸਮਝਾ ਦਿੱਤੀ ਹੈ ਕਿ ਮਤ ਮੈਂ ਮਿੱਠਾ ਕੋਈ ਰੋਗ ਸੀ, ਸਾਡੇ ਸਰੀਰ ਤਿਆਗਣ ਤੋਂ ਪਿੱਛੋਂ ਮਤਾਂ ਕੋਈ ਰੋਵੇ ਗੁਰਲਾਵੇ, ਜਿਹੜਾ ਰੋਵੇ ਗੁਰਲਾਵੇਗਾ ਮਹਾਰਾਜ ਨੇ ਸੋ ਮੈਂ ਬੋਲ ਨਾ ਪਾਇਆ, ਉਹ ਸਾਨੂੰ ਕੋਈ ਚੰਗਾ ਨਹੀਂ ਲੱਗੇਗਾ, ਰੋਣਾ ਨਹੀਂ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਹਰ ਨਾਮ